ਭਗਤਾਂ ਨੇ ਧੂਮਧਾਮ ਨਾਲ ਸ਼ਿਵਰਾਤਰੀ ਦਾ ਤਿਉਹਾਰ ਮਨਾਉਂਦੇ ਹੋਏ ਜੈਕਾਰੇ ਲਗਾ ਸ਼ਿਵਾਲਾ ਮੰਦਿਰ ਚ ਟੇਕਿਆ ਮੱਥਾ। ਪੀਏਯੂ ਦੇ ਬ੍ਰਾਂਡ ਅੰਬੈਸਡਰ ਬਣੇ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ, ਲੋਕਾਂ ਨੇ ਦਿੱਤੀ ਵਧਾਈ। ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਖਿਲਾਫ ਨਾਰੇ ਲਾਉਣ ਵਾਲੇ ਰਵਨੀਤ ਸਿੰਘ ਬਿੱਟੂ ਬਣੇ ਲੋਕ ਸਭਾ ਕਾਂਗਰਸ ਦੇ ਆਗੂ। ਪੰਜਾਬ ਚ ਨਵੇਂ ਟੈਕਸਾਂ ਦੀ ਮਾਰ, ਪੁਰਾਣੇ ਵਾਹਨਾਂ ਤੇ ਪੰਜਾਬ ਸਰਕਾਰ ਵਸੂਲੇਗੀ ਗ੍ਰੀਨ ਟੈਕਸ। ਜਾਲੀ ਮਟੀਰੀਅਲ ਤੋਂ ਜਿਮ ਦੇ ਹੈਲਥ ਤੇ ਪਾਵਰ ਪ੍ਰੋਡਕਟ ਤਿਆਰ ਕਰ ਵਿਦੇਸ਼ੀ ਬ੍ਰਾਂਡ ਦੇ ਨਾਮ ਤੇ ਵੇਚਣ ਦੇ ਦੋਸ਼ ਚ ਮਾਮਲਾ ਦਰਜ, ਆਰੋਪੀ ਫਰਾਰ। ਨਾਬਾਲਗ ਕਾਰ ਸਵਾਰ ਨੇ ਦੋ ਮਾਸੂਮ ਬੱਚਿਆਂ ਨੂੰ ਕੁਚਲਿਆ, ਮੌਕੇ ਤੇ ਇੱਕ ਦੀ ਹੋਈ ਮੌਤ, ਨਾਬਾਲਿਗ ਚਾਲਕ ਦੇ ਖਿਲਾਫ ਮਾਮਲਾ ਦਰਜ। ਈਜ਼ ਆਫ ਲਿਵਿੰਗ ਇੰਡੈਕਸ ਦਾ ਹੋਇਆ ਸਰਵੇਖਣ, ਚੰਡੀਗੜ੍ਹ ਨੂੰ ਪਛਾੜ ਕੇ ਲੁਧਿਆਣੇ ਨੇ 14ਵਾਂ ਸਥਾਨ ਕੀਤਾ ਹਾਸਲ। ਪੰਜਾਬ ਰੋਡਵੇਜ਼ ਅਤੇ ਪਨਬਸ ਕਰਮਚਾਰੀ ਅੱਜ ਤੋਂ 3 ਦਿਨ ਦੀ ਹੜਤਾਲ ਤੇ 12 ਮਾਰਚ ਨੂੰ ਕੀਤਾ ਜਾਵੇਗਾ ਮੋਤੀ ਮਹਿਲ ਦੇ ਸਾਹਮਣੇ ਪ੍ਰਦਰਸ਼ਨ। ਸਰਾਭਾ ਨਗਰ ਕਿਪਸ ਮਾਰਕੀਟ ਦੇ ਨਾਮੀ ਰੈਸਟੋਰੈਂਟ ਦਾ ਸੰਚਾਲਕ ਹੁੱਕੇ ਸਪਲਾਈ ਕਰਨ ਦੇ ਆਰੋਪ 'ਚ ਗ੍ਰਿਫਤਾਰ, 5 ਹੁੱਕੇ ਵੀ ਹੋਏ ਬਰਾਮਦ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ।